ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦਰਸ਼ਨ ਕਰਨ ਲਈ ਆਏ ਹਾਂ ਛੇਵੀਂ ਪਾਤਸ਼ਾਹ ਗੁਰਦੁਆਰਾ ਸਾਹਿਬ ਮੰਡੀ ਗੋਬਿੰਦਗੜ੍ਹ ਦੇ ਵਿੱਚ। ਪਾਰਕਿੰਗ ਇਹਦੀ ਅੰਦਰ ਸਾਈਡ ਇੱਧਰੋਂ ਦੀ ਮੈਨੂੰ ਲੱਗਦੀ ਹੈ ਨਾ, ਕੀਰਤਨ ਵਗੈਰਾ ਵੀ ਚੱਲ ਰਹੇ। ਇੱਧਰ ਬੈਕ ਸਾਈਡ 'ਤੇ ਗੇਟ ਹੈ। ਗੋਬਿੰਦ ਪਾਤਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਇੱਥੇ ਗਵਾਲੀਅਰ ਤੋਂ ਵਾਪਸ ਹੁੰਦਿਆਂ ਇਸ ਸਥਾਨ 'ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ 40 ਦਿਨ ਰੁਕੇ ਨੇ। ਇਹ ਜੋ ਸਰੋਵਰ ਹੈ, ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਕੱਚੀ ਢਾਬ ਸੀ। ਇਹ ਪਿੰਡ ਡਡਹੇੜੀ ਅਤੇ ਜਸਣਾ ਦੇ ਵਿਚਕਾਰ ਇਹ ਢਾਬ ਸੀ। ਜਾਨਕੀ ਦਾਸ ਲੋਹਾਰ ਜਿਹਨੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਸਤਰ ਭੇਟ ਕੀਤੇ, ਸ਼ਸਤਰ ਭੇਟ ਕਰਨ 'ਤੇ ਖੁਸ਼ ਹੋ ਕਰਕੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਹੋਰ ਸ਼ਸਤਰਾਂ ਦੀ ਜਦੋਂ ਮੰਗ ਕੀਤੀ, ਜਾਨਕੀ ਦਾਸ ਲੋਹਾਰ ਨੇ ਕਿਹਾ, ਮਹਾਰਾਜ ਇੱਥੇ ਤਾਂ ਕੱਚਾ ਲੋਹਾ ਕਿਤੇ ਵੀ ਦੂਰ ਦੂਰ ਤੱਕ ਨਹੀਂ ਮਿਲਦਾ। ਸਤਿਗੁਰੂ ਹਰਗੋਬਿੰਦ ਪਾਤਸ਼ਾਹ ਆਪਣੀ ਮੌਤ 'ਚ ਸੀ, ਇਸ ਸਥਾਨ 'ਤੇ ਵਰਦਾਨ ਦੇ ਦਿੱਤਾ ਵੀ ਇਹ ਲੋਹੇ ਦੀ ਨਗਰੀ ਹੋਇਆ ਕਰੇਗੀ, ਇਸ ਧਰਤੀ ਦੀ ਖਿੱਚ, ਸਾਰੀ ਦੁਨੀਆ ਦਾ ਲੋਹਾ ਇੱਥੇ ਇਕੱਠਿਆ ਹੋਇਆ ਕਰੇਗਾ ਅਤੇ ਇਹ ਲੋਹੇ ਦੀ ਮੰਡੀ ਹੋਇਆ ਕਰੇਗੀ। ਇਸ ਸਥਾਨ 'ਤੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ 40 ਦਿਨ ਰੁਕ ਕਰਕੇ ਗੁਰਸਿੱਖੀ ਦਾ ਪ੍ਰਚਾਰ ਸਿੱਖ ਸੰਗਤਾਂ ਦੇ ਵਿੱਚ ਕਰਦੇ ਰਹੇ, ਕਥਾ ਕੀਰਤਨ ਦੀਵਾਨ ਦੋਵੇਂ ਟਾਈਮ ਇੱਥੇ ਸੱਜਦੇ ਰਹੇ। ਇਹ ਪਵਿੱਤਰ ਜੋ ਢਾਬ ਹੈ ਅੰਮ੍ਰਿਤ ਸਰੋਵਰ ਵਿੱਚ ਤਬਦੀਲ ਹੋ ਗਈ ਹੈ।
ਇਸ ਸਥਾਨ ਤੇ ਮਹਾਰਾਜ ਜਦੋਂ ਫੱਗਣ ਦੀ ਪੰਚਮੀ ਆਈ, ਪੰਚਮੀ ਤੇ ਇੱਥੇ ਸਤਿਗੁਰੂ ਆਏ ਤੇ ਚੇਤਰ ਦੀ ਪੂਰਨਮਾਸੀ ਤੇ ਸਤਿਗੁਰੂ ਜੀ 40 ਦਿਨ ਇੱਥੇ ਰਹੇ ਨੇ ਤੇ ਚੇਤਰ ਦੀ ਪੂਰਨਮਾਸੀ ਤੇ ਜਾਨਕੀ ਦਾਸ ਨੇ ਬੇਨਤੀ ਕੀਤੀ, ਮਹਾਰਾਜ ਪਾਤਸ਼ਾਹ ਮੇਰੀ ਮਾਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਤੇ ਉਸ ਵਕਤ ਇਹ ਜਮਾਂਦਰੂ ਤੋਂ ਅੰਨੀ ਹੈ ਪਰ ਇਹ ਦੇਖ ਨਹੀਂ ਸਕਦੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਖਣ ਲੱਗੇ, ਜਾਨਕੀ ਦਾਸ ਇਸ ਢਾਬ ਦੇ ਵਿੱਚ ਆਪਣੀ ਮਾਤਾ ਦਾ ਇਸ਼ਨਾਨ ਕਰਾ। ਇਸ਼ਨਾਨ ਕਰਦਿਆਂ ਸਾਰ ਹੀ ਜਾਨਕੀ ਦਾਸ ਦੀ ਮਾਤਾ ਜੋ ਮਾਤਾ ਸੁਭੀ ਜੀ ਸੀ ਉਹਨਾਂ ਦੇ ਨੇਤਰ ਆ ਗਏ ਤੇ ਉਹਨਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ। ਇਹ ਪਾਵਨ ਪਵਿੱਤਰ ਸਥਾਨ ਜਿਸ ਥਾਂ ਤੇ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਸਥਾਨ ਤੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਇਸ ਨਗਰੀ ਨੂੰ ਲੋਹੇ ਦੀ ਮੰਡੀ ਹੋਣ ਦਾ ਵਰਦਾਨ ਦਿੱਤਾ ਔਰ ਇਸ ਸਥਾਨ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਿਹਾ, ਪੂਰਨਮਾਸੀ ਦੇ ਪੂਰਨਮਾਸੀ ਜੋ ਵੀ ਸੰਗਤਾਂ ਦਰਸ਼ਨ ਔਰ ਇਸ਼ਨਾਨ ਕਰਿਆ ਕਰਨਗੀਆਂ ਉਹਨਾਂ ਦੀਆਂ ਗੁਰਮਤ ਅਨੁਸਾਰ ਸਾਰੀਆਂ ਇੱਛਾਵਾਂ ਪੂਰੀਆਂ ਹੋਇਆ ਕਰਨਗੀਆਂ। ਸਭ ਕਿਸ